ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਨਸੂਨ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਕਿ ਜੂਨ ਮਹੀਨੇ ਦੇ ਜਵੰਤਮ 5-4 ਦਿਨ ਬਾਕੀ ਨੇ ਸੋ ਇਹਨਾਂ ਦੇ ਵਿੱਚ ਮੌਨਸੂਨ ਦੀ ਕੀ ਅਪਡੇਟ ਹੈ ਪੰਜਾਬ ਦੇ ਵਿੱਚ ਮੌਨਸੂਨ ਕਦੋਂ ਦਾਖਲ ਹੋ ਰਿਹਾ ਹੈ ਤੇ ਕਦੋਂ ਤੋਂ ਮੌਨਸੂਨੀ ਬਰਸਾਤਾਂ ਨੇ ਜੋ ਸ਼ੁਰੂ ਹੋਣਗੀਆਂ ਸੋ ਇਸ ਵੇਲੇ ਜਿਹੜਾ ਮੌਨਸੂਨ ਹੈ ਲਗਭਗ ਜੇ ਅੱਧ ਤੋਂ ਜ਼ਿਆਦਾ ਹਿੱਸਿਆਂ ਦੇ ਵਿੱਚ ਪੰਜ ਭਾਰਤ ਦੇ ਪਹੁੰਚ ਚੁੱਕਿਆ ਹੈ ਜਿਦੇ ਵਿੱਚ ਗਲਗਿੱੜ ਦੇ ਲਗਭਗ 70 75% ਇਲਾਕੇ ਭਾਰਤ ਦੇ ਕਵਰ ਹੋ ਚੁੱਕੇ ਨੇ ਕੇਵਲ ਕੁੱਲ ਮੁਲਾਕੇ ਜੇਕਰ ਸਿੱਧੇ ਰੂਪ ਵਿੱਚ ਜਿਹੜੇ ਉੱਤਰ ਪੱਛਮੀ ਮੈਦਾਨੀ ਭਾਗ ਨੇ ਤੇ ਉਹਨਾਂ ਦੇ ਨਾਲ ਲੱਗਦੇ ਥੋੜੇ ਬਹੁਤ ਇਲਾਕੇ ਹੀ ਇਸ ਕੇਵਲ ਬੌਨਸੂਨ ਦੇ ਬਚੇ ਨੇ ਜਿਨ੍ਹਾਂ ਵਿੱਚ ਮੌਨਸੂਨੀ ਦਾਖਲ ਨਹੀਂ ਹੋਈਆਂ ਪਾਉਣਾ ਤੇ ਇਸ ਤੋਂ ਬਿਨਾ ਬਾਕੀ ਸਾਰੇ ਇਲਾਕਿਆਂ ਦੇ ਵਿੱਚ ਮੌਨਸੂਨ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਚੰਗਾ ਦਰਮਿਆਨਾ ਤੇ ਕਈ ਹਿੱਸਿਆਂ ਦੇ ਵਿੱਚ ਤਾਂ ਭਾਰੀ ਖਾਸ ਕਰਕੇ ਜੋ ਉੱਤਰ ਪੂਰਬੀ ਇਲਾਕੇ ਨੇ ਉਹਨਾਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਵੀ ਪੈਦਾ ਹੋਏ ਨੇ ਤੇ ਹੁਣ ਗੱਲ ਕਰੀਏ ਆਪਾਂ ਪੰਜਾਬ ਦੇ ਮੌਨਸੂਨ ਦੀ ਦਾ ਪੰਜਾਬ ਦੇ ਵਿੱਚ ਮੌਨਸੂਨ ਜਿਹੜਾ ਆਪਾਂ ਨੂੰ ਲਗਭਗ ਜੂਨ ਮਹੀਨੇ ਦੇ ਅੰਤਿਮ ਦਿਨ ਜਾਂ ਫਿਰ ਜੁਲਾਈ ਦੇ ਪਹਿਲੇ 2-3 ਦਿਨਾਂ ਦੇ ਵਿੱਚ ਦਾਖਲ ਹੁੰਦਾ ਹੋਇਆ ਨਿਸਾਰ ਬਣਦੇ ਨਜ਼ਰ ਆ ਰਹੇ ਨੇ ਕਿਉਂਕਿ ਇਸ ਵੇਲੇ ਜਿਹੜਾ ਮੌਨਸੂਨ ਆ ਪਿਛਲੇ ਦਿਨੀ ਜਿਹੜਾ ਦੱਖਣ ਪੱਛਮੀ ਹਵਾਵਾਂ ਚੱਲੀਆਂ ਉਹਨਾਂ ਦੇ ਚੱਲਦੇ ਮੌਨਸੂਨ ਅੱਗੇ ਵਧਿਆ ਉਸ ਤੋਂ ਬਿਨਾਂ ਪੂਰਬੀ ਹਵਾਵਾਂ ਵਗੀਆਂ ਉਹਨਾਂ ਨੇ ਵੀ ਪੰਜਾਬ ਸਮੇਤ ਜਿਹੜੇ ਬਾਕੀ ਮੈਦਾਨੀ ਭਾਗਾਂ ਨੇ ਇਹਨਾਂ ਇਲਾਕਿਆਂ ਦੇ ਨੇੜੇ ਮੌਨਸੂਨ ਨੂੰ ਲਿਆਉਣ ਦੇ ਵਿੱਚ ਮਦਦ ਕੀਤੀ ਜੋ ਹਵਾਵਾਂ ਦਾ ਰੁਖ ਸੀ ਉਹ ਲਗਭਗ ਇਸ ਤਰ੍ਹਾਂ ਪਹਿਲਾਂ ਚੱਲ ਰਿਹਾ ਸੀ ਸੋ ਜਿਸ ਕਰਕੇ ਮੌਨਸੂਨ ਅੱਗੇ ਲਗਾਤਾਰ ਵੱਧ ਰਹੀ ਸੀ ਤੇ ਹੁਣ ਜਿਵੇਂ ਕਿ ਸਿਸਟਮ ਨੇ ਸਭ ਗੁਜ਼ਰ ਚੁੱਕੇ ਨੇ ਮੌਸਮ ਸਾਫ਼ ਹੋ ਚੁੱਕਿਆ ਤੇ ਹੁਣ ਉੱਤਰ ਪੱਛਮੀ ਖੁਸ਼ਕ ਹਵਾਵਾਂ ਦੀ ਵਾਪਸੀ ਵੀ ਸੂਬੇ ਦੇ ਵਿੱਚ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹੋ ਚੁੱਕੀ ਹੈ ਸੋ ਇਹਨਾਂ ਗਰਮ ਖੁਸ਼ਕ ਹਵਾਵਾਂ ਦੇ ਚੱਲਦੇ ਹੁਣ ਜਿਹੜਾ ਮੌਨਸੂਨ ਦੀ ਰਫ਼ਤਾਰ ਨੂੰ ਥੋੜੀ ਜਿਹੀ ਲਗਾਮ ਲੱਗੇਗੀ ਥੋੜਾ ਜਿਹਾ ਠੱਲ ਪਵੇਗੀ ਰਫ਼ਤਾਰ ਨੂੰ ਤੇ ਪਰ ਇਹ ਜਿਹੜੀ ਰਫ਼ਤਾਰ ਨੂੰ ਠੱਲ ਪਵੇ ਕੋਈ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਰਹੇਗੀ ਲਗਭਗ ਆਉਣ ਵਾਲੇ 3-4 ਦਿਨਾਂ ਦੀ ਗੱਲ ਕਰੀ ਤਾਂ ਆਪਾਂ ਨੂੰ 27-28 ਜੂਨ ਤੋਂ ਫਿਰ ਜਿਹੜੀਆਂ ਪੂਰਬੀ ਹਵਾਵਾਂ ਹੋਣਗੀਆਂ ਦੱਖਣ ਪੂਰਬੀ ਹਵਾਵਾਂ ਇਸ ਤਰ੍ਹਾਂ ਅੱਗੇ ਵਧਣਗੀਆਂ ਤੇ ਜਿਹੜੀਆਂ ਕਿ ਪੰਜਾਬ ਸਮੇਤ ਜਿਹੜੇ ਬਾਕੀ ਇਲਾਕੇ ਜਿਹੜੇ ਮੌਨਸੂਨ ਤੋਂ ਵਾਂਝੇ ਨੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਮੌਨਸੂਨੀ ਪਾਣਾਂ ਦਾਖਲ ਹੋਣ ਦੇ ਵਿੱਚ ਸਹਾਇਕ ਮਦਦ ਕਰਨਗੀਆਂ ਇਸ ਦੇ ਨਾਲ ਹੀ 27-28 ਜੂਨ ਤੋਂ ਹਲਕੇ ਫੁਲਕੇ ਮੌਸਮ ਦੇ ਵਿੱਚ ਪਰਿਵਰਤਨ ਵੀ ਆਉਣਾ ਸ਼ੁਰੂ ਹੋ ਜਾਵੇਗਾ। ਸੋ ਇਹਨਾਂ ਸਾਰੇ ਮੌਸਮੀ ਗਤੀਵਿਧੀਆਂ ਦੇ ਚੱਲਦੇ ਆਪਾਂ ਇਹ ਅਸਾਰਵ ਕਹਿ ਸਕਦੇ ਹਾਂ ਕਿ ਲਗਭਗ ਜੁਲਾਈ ਦੇ ਪਹਿਲੇ ਕੁਝ ਹੀ ਦਿਨਾਂ ਦੇ ਵਿੱਚ ਮੌਨਸੂਨੀ ਜਿਹੜੀਆਂ ਬਰਸਾਤਾਂ ਨੇ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣਗੀਆਂ ਤੇ ਮੌਨਸੂਨ ਪੰਜਾਬ ਦੇ ਵਿੱਚ ਵੀ ਜੁਲਾਈ ਦੇ ਪਹਿਲੇ 1-2 ਦਿਨਾਂ ਦੇ ਵਿੱਚ ਹੀ ਐਂਟਰ ਹੋਣ ਦੇ ਜਿਹੜੇ ਚਾਂਸ ਨੇ ਕਾਫੀ ਜ਼ਿਆਦਾ ਵੱਧ ਰਹੇ ਨੇ। ਬਾਕੀ ਜੇਕਰ ਇਹ ਜਿਹੜੀਆਂ ਮੌਸਮੀ ਗਤੀਵਿਧੀਆਂ ਨੇ ਚੰਗੇ ਪੱਧਰ ਉਪਰ ਹੋਣਗੀਆਂ ਤਾਂ ਹੋ ਸਕਦਾ ਹੈ ਕਿ ਜੂਨ ਦੇ ਅੰਤਿਮ ਦਿਨ ਜੇਕਰ ਇਹਨਾਂ ਦੇ ਵਿੱਚ ਥੋੜਾ ਜਿ ਤਿੰਨ ਦਿਨਾਂ ਦੇ ਵਿੱਚ ਮੌਨਸੂਨ ਪੰਜਾਬ ਵਿੱਚ ਦਾਖਲ ਹੋ ਸਕਦਾ ਹੈ ਤੇ ਮੌਨਸੂਨੀ ਬਰਸਾਤਾਂ ਸ਼ੁਰੂ ਹੋਣਗੀਆਂ ਤੇ ਇਸ ਦੇ ਨਾਲ ਹੀ ਮੋਂਮੀ ਦੀ ਗੱਲ ਕਰੀ ਤਾਂ ਜਿਵੇਂ ਹੀ ਮੌਨਸੂਨ ਪੰਜਾਬ ਦੇ ਵਿੱਚ ਐਂਟਰ ਹੋਵੇਗਾ ਤਾਂ ਸ਼ੁਰੂਆਤ ਆ ਮੌਨਸੂਨ ਦੀ ਥੋੜੀ ਜਿਹੀ ਚੰਗੇ ਪੱਧਰ ਦੀ ਰਹਿਣ ਦੇ ਆਸਾਰ ਦੇ ਪੂਰੇ ਇਲਾਕੇ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਹੋ ਗਿਆ ਪੱਛਮੀ ਯੂਪੀ ਹੋ ਗਿਆ ਨਾਲ ਪਹਾੜੀ ਲੱਗ ਕੇ ਤਾਂ ਇਹਨਾਂ ਸਾਰੇ ਭਾਗਾਂ ਦੇ ਵਿੱਚ ਚੰਗੀ ਬਰਸਾਤ ਆ ਜਿਹੜੀ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਕੁੱਲ ਮਿਲਾ ਕੇ ਜਿਹੜਾ ਮੌਨਸੂਨ ਰਹੇਗਾ ਉਹ ਐਵਰੇਜ ਰਹਿਣ ਦੇ ਸਾਰ ਨੇ ਭਾਬ ਕੀ ਮੀਂਹ ਬਹੁਤ ਜ਼ਿਆਦਾ ਵੀ ਨਹੀਂ ਪੈਣਗੇ ਬਹੁਤ ਜ਼ਿਆਦਾ ਘੱਟ ਵੀ ਨਹੀਂ ਪਰ ਫਿਰ ਵੀ ਦਰਮਿਆਨੇ ਪੱਧਰ ਦੇ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੇ ਰਹਿਣਗੇ ਤੇ ਅਗਲੀ ਮੌਨਸੂਨ ਦੀ ਅਪਡੇਟ ਆ ਜਿਹੜੀ ਉਹ ਆਪਾਂ ਅਗਲੀ ਵੀਡੀਓ ਵਿੱਚ ਫਿਰ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂਗੇ ਸੋ ਉਦੋਂ ਤੱਕ ਲਈ ਧੰਨਵਾਦ ਜੀ